ਸਿੱਖ ਪ੍ਰਚਾਰਕ ਰਾਜਵਿੰਦਰ ਸਿੰਘ ਨੇ ਬੜੇ ਹੀ ਦਲੇਰਾਨਾ ਅੰਦਾਜ਼ ਦੇ ਵਿੱਚ ਡੇਰਾ ਨੰਗਲੀ ਦੇ ਮੁਖੀ ਮਹੰਤ ਮਨਜੀਤ ਸਿੰਘ ਜੰਮੂ ਦੇ ਵੱਲੋਂ ਕੀਰਤਨ ਦੇ ਦੌਰਾਨ ਆਪਣੇ ਆਪ ਨੂੰ ਮੱਥਾ ਟਿਕਵਾਉਣ ਦੇ ਬਾਰੇ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਸ ਪ੍ਰਕਾਰ ਦੀ ਹਰਕਤ ਕੁਫਰ ਤੋਲਣ ਦੇ ਬਰਾਬਰ ਹੈ ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਸਿੱਖ ਧਰਮ ਦੇ ਵਿੱਚ ਸਿੱਖਾਂ ਨੂੰ ਕੇਵਲ ਅਤੇ ਕੇਵਲ ਆਪਣੇ ਜੀਵੰਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਇਜਾਜ਼ਤ ਹੈ। ਕਿਸੇ ਮਨੁੱਖ, ਮੂਰਤੀ ਜਾਂ ਫਿਰ ਪਾਠ ਨੂੰ ਮੱਥਾ ਟੇਕਣ ਦੇ ਕਿਸੇ ਹੋਰ ਰੂਪ ਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਉਲੰਘਣਾ ਮੰਨੀ ਜਾਂਦੀ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕ ਜੋ ਕਿ ਆਪਣੇ ਆਪ ਨੂੰ ਸੰਤ ਮਹਾਤਮਾ ਜਾਂ ਫਿਰ ਕੁਝ ਨਾ ਕੁਝ ਹੋਰ ਬਾ ਇੱਜ਼ਤ ਸ਼ਖਸੀਅਤ ਦੱਸਦੇ ਨੇ ਅਤੇ ਅਜਿਹੇ ਲੋਕਾਂ ਨੂੰ ਮੱਥਾ ਟੇਕਣਾ ਜਾਂ ਫਿਰ ਟੇਕਣ ਦੇ ਵਾਸਤੇ ਅੱਗੇ ਜਾਣਾ ਵੀ ਕਾਫੀ ਜ਼ਿਆਦਾ ਗਲਤ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਸਾਰੇ ਦੀ ਸਾਰੀ ਗੱਲਬਾਤ ਨੂੰ ਜੇਕਰ ਤੁਸੀਂ ਸਮਝਣਾ ਚਾਹੋ ਤਾਂ ਭਗਤ ਕਬੀਰ ਜੀ ਦੇ ਸ਼ਲੋਕ ਇਸ ਨੂੰ ਪ੍ਰਮਾਣਿਤ ਕਰਦੇ ਨੇ ਕਿ ਇਹ ਸਰਾਸਰ ਗਲਤ ਹੈ। ਕਜ ਸਾਡੇ ਤੈ ਤੈ ਧੋਤੀ ਹੈ ਤੇਰੇ ਪਾਇਨ ਤਗ, ਗਲੀ ਜਿਨਾ ਜਪ ਮਾਲਿਆ ਲੋਟੇ ਹੱਥ ਨਿਵਗ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕਿਹਾ ਹੈ ਆਓ ਸੁਣਦੇ ਹਾਂ। ਵੀ ਇੱਕ ਪਾਸੇ ਕੀਰਤਨ ਚੱਲ ਰਿਹਾ, ਦੂਜੇ ਪਾਸੇ ਇੱਕ ਬਾਬਾ ਪਖੰਡੀ ਸਾਧ ਆਪਣੀ ਵੱਖਰਾ ਤਖਤ ਆਸਣ ਲਾ ਕੇ ਬੈਠਾ ਹੋਇਆ। ਇੱਕ ਪਾਸੇ ਉਹ ਆਪਣਾ ਤਖਤ ਲਾ ਕੇ ਬੈਠਾ ਹੋਇਆ, ਇੱਕ ਪਾਸੇ ਕੀਰਤਨ ਚੱਲ ਰਿਹਾ ਤੇ ਜਿਹੜੇ ਰਾਗੀ ਸਿੰਘ ਨੇ ਉਹ ਕੀਰਤਨ ਕਰ ਰਹੇ ਨੇ ਤੇ ਉਹ ਬਾਬਾ ਆਪਣੇ ਮੱਥੇ ਟਿਕਾ ਰਿਹਾ। ਉਹ ਸੇਮ ਹੀ ਗੁਰੂ ਦਾ ਸ਼ਰੀਕ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ, ਉਵੇਂ ਹੀ ਉਹ ਤਖਤ ਤੇ ਬੈਠਾ, ਇੱਕ ਪਾਸੇ ਕੀਰਤਨ ਚੱਲ ਰਿਹਾ। ਸੰਗਤ ਆ ਰਹੀ ਹੈ, ਉਸ ਪਖੰਡੀ ਨੂੰ ਮੱਥਾ ਟੇਕ ਰਹੀ ਹੈ ਤੇ ਕੀਰਤਨ ਸੁਣ ਲਈ। ਅੱਗੇ ਸੰਗਤ ਬੈਠੀ ਹੋਈ ਹੈ, ਗੁਰੂ ਦੇ ਸ਼ਰੀਕ ਪੈਦਾ ਹੋ ਗਏ ਇਸ ਸੰਸਾਰ ਦੇ ਵਿੱਚ ਤੇ ਸਾਨੂੰ ਅਜੇ ਤੱਕ ਗੁਰੂ ਦੀ ਪਹਿਚਾਣ ਨਹੀਂ ਆਈ। ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ, ਗੁਰੂ ਦੀ ਪਹਿਚਾਣ ਨਹੀਂ ਆਈ। ਗੁਰੂ ਦੀ ਪਹਿਚਾਣ ਕਰਨਾ ਸਿੱਖ ਲਏ ਜੋ ਸਤਿਗੁਰ ਕੀ ਰਿਸੇ ਕੱਚ ਪਿੱਚ ਬੋਲਦੇ। ਇਹ ਸਤਿਗੁਰ ਦੀ ਰਿਸੇ ਕੱਚ ਪਿੱਚ ਬੋਲਦੇ ਨੇ ਤੇ ਇਹਨਾਂ ਨੂੰ ਪਹਿਚਾਣ ਕਰਨੀ ਬੜੀ ਜ਼ਰੂਰੀ ਹੈ। ਸਰਸੇ ਵਾਲੇ ਨੇ ਸਵਾਂਗ ਧਰਿਆ ਸੀ, ਉਹ ਤਾਂ ਪਹਿਚਾਣਿਆ ਗਿਆ ਦੂਰੋਂ ਹੀ, ਤੁਹਾਨੂੰ ਆਪਾਂ ਫੜ ਲਿਆ। ਇਹ ਵੀ ਫੜਨੇ ਬਹੁਤ ਜ਼ਰੂਰੀ ਨੇ, ਇਹਨਾਂ ਦੀ ਪਹਿਚਾਣ ਕਰਨੀ ਵੀ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਆਪਾਂ ਆਨੰਦ ਸਾਹਿਬ ਦੀ ਰੋਜ਼ਾਨਾ ਬਾਣੀ ਪੜ੍ਹਦੇ ਹਾਂ ਨਾ, ਜਿੱਥੇ ਸੱਚੀ ਬਾਣੀ ਦੀ ਗੱਲ ਆਈ ਹੈ ਉੱਥੇ ਸਤਿਗੁਰ ਬਿਨਾਂ ਹੋਰ ਕੱਚੀ ਬਾਣੀ। ਇਹਦਾ ਮਤਲਬ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਕੱਚੀ ਬਾਣੀ ਦੀ ਰੀਤ ਚੱਲ ਪਈ ਸੀ। ਇਹ ਸਾਨੂੰ ਇਹੀ ਮੰਨਣਾ ਪਵੇਗਾ ਨਾ ਕਿ ਗੁਰੂ ਦੇ ਸ਼ਰੀਕ ਉਸ ਸਮੇਂ ਵੀ ਪੈਦਾ ਹੋ ਗਏ ਸਨ, ਇਸੇ ਕਰਕੇ ਸਤਿਗੁਰ ਜੀ ਨੂੰ ਲਿਖਣਾ ਪਿਆ ਕਿ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ। ਇਹ ਬਾਣੀ ਕੱਚੀ ਹੈ ਤੇ ਇਹ ਸੱਚੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਦੇ ਅੱਗੇ ਸੱਚੀ ਲਿਖਿਆ ਤੇ ਬਾਣੀ ਦੇ ਅੱਗੇ ਕੱਚੀ ਲਿਖਿਆ, ਦੋਨੇ ਸ਼ਬਦ ਆਏ ਨੇ ਤੇ ਸਾਨੂੰ ਪਹਿਚਾਨਣਾ ਪਵੇਗਾ ਸਾਡਾ ਗੁਰੂ ਕੌਣ ਹੈ ਤੇ ਕੱਚਾ ਗੁਰੂ ਕੌਣ ਹੈ। ਸਾਨੂੰ ਇਹ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ ਤੇ ਸਾਡਾ ਗੁਰੂ ਕੇਵਲ ਦਾ ਕੇਵਲ ਕੌਣ ਹੈ ਜੀ? ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਦੋ ਵਾਰੀ ਕਿਹਾ ਜੀ, ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਦੋ ਵਾਰੀ ਸਮਝਾਇਆ ਇਨਸਾਨ ਨੂੰ ਤਾਂ ਜੋ ਇਹਨੂੰ ਪਤਾ ਲੱਗ ਸਕੇ ਗੁਰੂ ਕੇਵਲ ਤੇ ਕੇਵਲ ਬਾਣੀ ਹੈ, ਬਾਣੀ ਹੀ ਗੁਰੂ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਸ ਅੰਮ੍ਰਿਤ ਨੂੰ ਸੰਭਾਲ ਕਰਕੇ ਰੱਖਿਆ, ਸਾਰ ਕਰਕੇ ਰੱਖਿਆ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਦੀ ਪਹਿਚਾਣ ਕਰ ਲਈ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ, ਜਿਸ ਕੀ ਸ਼ਰਨ ਸਰਬ ਸੁਖ ਪਾਵੈ। ਉਹਦੀ ਸ਼ਰਨ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਕਾ ਵੇਸਾ, ਜਿਹਦੇ ਪਾਸ ਜਿਹਦੇ ਕੋਲ ਬੈਠਿਆ ਤੂੰ ਸੋਹਣਾ ਲੱਗੇ। ਹੁਣ ਤੁਸੀਂ ਦੇਖਿਓ ਜਦੋਂ ਪਿੰਡਾਂ ਦੇ ਵਿੱਚ ਜਾਂ ਕਿਤੇ ਰਾਹ ਦੇ ਵਿੱਚ ਕੋਈ MLA ਕੋਈ MP ਜਾਂ ਕੋਈ ਮੰਤਰੀ ਜਾਂ ਕੋਈ ਵੱਡਾ ਇਨਸਾਨ ਅਮੀਰ ਇਨਸਾਨ ਜਾਂਦਾ ਹੋਵੇ ਨਾ, ਉਹਦੇ ਨਾਲ ਪਿੱਛੇ ਪਿੱਛੇ 5-7 ਬੰਦੇ ਵੀ ਤੁਰ ਪੈਂਦੇ ਨੇ। ਕਿਉਂ ਭਲਾ? ਕਹਿੰਦਾ ਵੀ ਇਹਦੇ ਨਾਲ ਲੱਗ ਕੇ ਮੈਨੂੰ ਵੀ ਥੋੜੀ ਜਿਹੀ ਮਿਲ ਜਾਏ। ਲੋਕ ਕਹਿਣ
ਇਹਦੇ ਦੇਖਿਆ ਕਿੱਡੇ ਵੱਡੇ ਵੱਡੇ ਬੰਦਿਆਂ ਨਾਲ ਯਾਰੀ ਆ ਇਹ ਇਨਸਾਨ ਜਦੋਂ ਪਿੰਡ ਦੇ ਵਿੱਚ ਲੀਡਰ ਆ ਜਾਏ ਉਹਦੇ ਪਿੱਛੇ ਪਿੱਛੇ ਲੋਕ ਭਲਾ ਕਿਉਂ ਤੁਰਦੇ ਨੇ, ਨਾਲ ਨਾਲ ਲੋਕ ਭਲਾ ਕਿਉਂ ਤੁਰਦੇ ਨੇ, ਇਹੀ ਆ ਤਾਂ ਜੋ ਮੇਰੀ ਠੁੱਕ ਬਣ ਸਕੇ ਪਿੰਡ ਦੇ ਵਿੱਚ। ਦੇਖਿਆ ਦੇ ਮੰਤਰੀ ਯਾਰ ਨੇ ਇਹਦੇ, ਇਹ ਮੰਤਰੀਆਂ ਨਾਲ ਰਹਿੰਦਾ ਹੈ ਤੇ ਵੱਡੇ ਵੱਡੇ ਬੰਦਿਆਂ ਨਾਲ ਇਹਦੀ ਯਾਰੀ ਆ। ਸਤਿਗੁਰੂ ਕਹਿੰਦੇ ਇਹਨੇ ਨਾ ਕੱਚੇ ਬੰਦਿਆਂ ਦੇ ਨਾਲ ਯਾਰੀ ਨਾ ਪਾ, ਇਹ ਇੱਕੋ ਵਾਰ ਆਉਂਦੇ ਨੇ ਤੇ ਫਿਰ ਮੁੜ ਕੇ 4 ਸਾਲ 5 ਸਾਲ ਨਹੀਂ ਵੜਦੇ, ਇਹਨਾਂ ਦੇ ਨਾਲ ਯਾਰੀ ਨਾ ਪਾ। ਯਾਰੀ ਪਤਾ ਕਿਹਦੇ ਨਾਲ ਪਾ, ਜਿਸ ਪਾਸ ਬੈਠੇ ਆ ਸੋਹੀ ਹੈ, ਸਭਨਾ ਕਾ ਵਿਸਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।